ਤੋ ਰੋਕਣ ਲਈ ਇਸ ਵਾਰ ਵੱਡੇ ਪੱਧਰ ਤੇ ਤਿਆਰੀ ਕੀਤੀ ਗਈ ਹੈ ਚਾਹੇ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਡਰੋਨ ਰਾਹੀਂ ਵੀ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਜਾਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰੋਨ ਰਾਹੀਂ ਕਿਵੇਂ ਅਥਰੂ ਗੈਸ ਦੇ ਗੋਲੇ ਛੁੱਟ ਕੇ ਪ੍ਰੈਕਟਿਸ ਕੀਤੀ ਜਾ ਰਹੀ ਹੈ ਟੀਆਰ ਗੈਸ ਛੱਡੀ ਜਾ ਰਹੀ ਹੈ ਤਾਂ ਪਹਿਲਾਂ ਬੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਕਈ ਕਈ ਲੇਅਰਸ ਦੀ ਬੈਰੀਕੇਟਿੰਗ ਕੀਤੀ ਗਈ ਹੈ ਪਰ ਹੁਣ ਦੇਖੋ ਕਿ ਜਿੱਥੇ ਵੀ ਕਿਤੇ ਇਕੱਠ ਹੋਵੇਗਾ ਉੱਥੇ ਹੀ ਡਰੋਨ ਦੇ ਰਾਹੀਂ ਟੀਅਰ ਗੈਸ ਛੱਡੀ ਜਾਵੇਗੀ ਆਸਮਾਨ ਦੇ ਵਿੱਚੋਂ ਡਰੋਨ ਦੇ ਰਾਹੀਂ ਟੀਅਰ ਗੈਸ ਦੇ ਗੋਲੇ ਛੱਡੇ ਜਾਣਗੇ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਤਸਵੀਰਾਂ ਜਿਹੜੀਆਂ ਨੇ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਪਹਿਲੀ ਵਾਰ ਹੈ ਜਦੋਂ ਡਰੋਨ ਦੀ ਵੀ ਵਰਤੋਂ ਕੀਤੀ ਜਾਵੇਗੀ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਵੱਡੇ ਪੱਧਰ ਤੇ ਰੋਕਾਂ ਲਾਈਆਂ ਗਈਆਂ ਨੇ ਚਾਹੇ ਉਹ ਕੰਡਿਆਲੀ ਤਾਰ ਦੀ ਗੱਲ ਹੋਵੇ ਜਾਂ ਵੱਡੇ ਵੱਡੇ ਪੱਥਰਾਂ ਦੀ ਟਿੱਪਰ ਖੜੇ ਕਰਨ ਦੀ ਕੰਟੇਨਰ ਖੜੇ ਕਰਨ ਦੀ ਮਿੱਟੀ ਦੇ ਪਹਾੜ ਬਣਾਉਣ ਦੀ ਧਾਰਾ 144 ਲਾਉਣ ਦੀ ਪੁਲਿਸ ਪ੍ਰਸ਼ਾਸਨ ਖੁਦ ਆਪ ਤਿਆਰਬਰ ਤਿਆਰ ਰਹੇਗਾ ওয়াਟਰ ਕੈਨਨ ਲੈ ਕੇ ਪਰ ਡਰੋਨ ਰਾਹੀਂ ਵੀ ਕਿਸਾਨਾਂ ਨੂੰ ਰੋਕਿਆ ਜਾਵੇਗਾ ਜਿੱਥੇ ਵੀ ਕਿਤੇ ਇਕੱਠ ਹੋਵੇਗਾ ਕਿਸਾਨਾਂ ਦਾ ਤਾਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਅਤੇ ਕਿਉਂਕਿ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਟੀਆਰ ਗੈਸ ਛੱਡੀ ਜਾਂਦੀ ਹੈ ਤਾਂ ਅੱਖਾਂ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਭੀੜ ਨੂੰ ਖੰਡਾਉਣ ਦੇ ਲਈ ਖਾਸ ਕਰ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਹਰਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਵਕ ਵਕ ਥਾਵਾਂ ਤੇ ਇਸ ਢੰਗ ਦੀ ਮੌਕ ਡ੍ਰਿਲ ਵੀ ਕੀਤੀ ਗਈ ਹੈ ਦੱਸ ਦਈਏ ਕਿ ਕਿਸਾਨ ਦੂਜੀ ਵਾਰ ਦਿੱਲੀ ਘੇਰਨ ਦੀ ਤਿਆਰੀ ਦੇ ਵਿੱਚ ਨੇ ਤੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਸਮੇਤ ਕਈ ਸਟੇਟਾਂ ਤੋਂ ਅੰਦਰ ਜਾ ਸਕਦੇ ਨੇ ਦਿੱਲੀ ਚਲੋ ਦਾ ਨਾਰਾ ਦਿੱਤਾ ਜਾ ਰਿਹਾ ਏ ਤਾਂ ਦੂਜੇ ਪਾਸੇ ਧਾਰਾ 144 ਲਾਈ ਗਈ ਹੈ ਕਈ ਕਈ ਲੈਅਰ ਦੀ ਜਿਹੜੀ ਆ ਉਹ ਸਿਕਿਉਰਿਟੀ ਕੀਤੀ ਗਈ ਹੈ ਜਿੰਨੀਆਂ ਵੀ ਸਰਹੱਦਾਂ ਨੇ ਦਿੱਲੀ ਨੂੰ ਲੱਗਦੀਆਂ ਉਸ ਤੇ ਕੰਡੇ ਵਾਲੀਆਂ ਤਾਰਾਂ ਲਾਜਾਂ ਗਈਆਂ ਨੇ ਸੀਮੈਂਟ ਦੇ ਬੈਰੀਕੇਡ ਲਾਏ ਗਏ ਨੇ ਸੜਕਾਂ ਦੇ ਉੱਤੇ ਤਿੱਖੇ ਸਰੀਏ ਗੱਡ ਦੇ ਉੱਤੇ ਗਏ ਨੇ ਤਾ ਜੋ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਅੱਗੇ ਨਾ ਵੱਧ ਸਕਣ ਤੇ ਇੱਕ ਵਾਰ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਵੀ ਛੱਡ ਕੇ ਦੇਖੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਰੋਕਿਆ ਜਾ ਸਕੇ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਟੀਅਰ ਗੈਸ ਦੇ ਗੋਲੇ ਛੱਡੇ ਜਾਣਗੇ ਕਿਵੇਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇਗਾ ਤਾਂ ਰੋਕਣ ਲਈ ਇਸ ਵਾਰ ਵੱਡੇ ਪੱਧਰ ਤੇ ਤਿਆਰੀ ਕੀਤੀ ਗਈ ਹੈ ਚਾਹੇ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਡਰੋਨ ਰਾਹੀਂ ਵੀ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਜਾਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰੋਨ ਰਾਹੀਂ ਕਿਵੇਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਪ੍ਰੈਕਟਿਸ ਕੀਤੀ ਜਾ ਰਹੀ ਹੈ ਟੀਆਰ ਗੈਸ ਛੱਡੀ ਜਾ ਰਹੀ ਹੈ ਤਾਂ ਪਹਿਲਾਂ ਬੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਕਈ ਕਈ ਲੇਅਰਸ ਦੀ ਬੈਰੀਕੇਟਿੰਗ ਕੀਤੀ ਗਈ ਹੈ ਪਰ ਹੁਣ ਦੇਖੋ ਕਿ ਜਿੱਥੇ ਵੀ ਕਿਤੇ ਇਕੱਠ ਹੋਵੇਗਾ ਉੱਥੇ ਹੀ ਡਰੋਨ ਦੇ ਰਾਹੀਂ ਟੀਆਰ ਗੈਸ ਛੱਡੀ ਜਾਵੇਗੀ ਆਸਮਾਨ ਦੇ ਵਿੱਚੋਂ ਡਰੋਨ ਦੇ ਰਾਹੀਂ ਟੀਆਰ ਗੈਸ ਦੇ ਗੋਲੇ ਛੱਡੇ ਜਾਣਗੇ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਤਸਵੀਨਾ ਜਿਹੜੀਆਂ ਨੇ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਪਹਿਲੀ ਵਾਰ ਹੈ ਜਦੋਂ ਡਰੋਨ ਦੀ ਵੀ ਵਰਤੋਂ ਕੀਤੀ ਜਾਵੇਗੀ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਵੱਡੇ ਪੱਧਰ ਤੇ ਰੋਕਾਂ ਲਾਈਆਂ ਗਈਆਂ ਨੇ ਚਾਹੇ ਉਹ ਕੰਡਿਆਲੀ ਤਾਰ ਦੀ ਗੱਲ ਹੋਵੇ ਜਾਂ ਵੱਡੇ ਵੱਡੇ ਪੱਥਰਾਂ ਦੀ ਟਿੱਪਰ ਖੜੇ ਕਰਨ ਦੀ ਕੰਟੇਨਰ ਖੜੇ ਕਰਨ ਦੀ ਮਿੱਟੀ ਦੇ ਪਹਾੜ ਬਣਾਉਣ ਦੀ ਧਾਰਾ 144 ਲਾਉਣ ਦੀ ਪੁਲਿਸ ਪ੍ਰਸ਼ਾਸਨ ਖੁਦ ਆਪ ਤਿਆਰਬਰ ਤਿਆਰ ਰਹੇਗਾ ওয়াটার ਕੈਨਨ ਲੈ ਕੇ ਪਰ ਡਰੋਨ ਰਾਹੀ ਵੀ ਕਿਸਾਨਾਂ ਨੂੰ ਰੋਕਿਆ ਜਾਵੇਗਾ ਜਿੱਥੇ ਵੀ ਕਿਤੇ ਇਕੱਠ ਹੋਵੇਗਾ ਕਿਸਾਨਾਂ ਦਾ ਤਾਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਅਤੇ ਕਿਉਂਕਿ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਟੀਆਰ ਗੈਸ ਛੱਡੀ ਜਾਂਦੀ ਹੈ ਤਾਂ ਅੱਖਾਂ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਭੀੜ ਨੂੰ ਖੰਡਾਉਣ ਦੇ ਲਈ ਖਾਸ ਕਰ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਹਰਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਵਕ ਵਕ ਥਾਮਾਂ ਤੇ ਇਸ ਢੰਗ ਦੀ ਮੌਕ ਡ੍ਰਿਲ ਵੀ ਕੀਤੀ ਗਈ ਹੈ ਦੱਸ ਦਈਏ ਕਿ ਕਿਸਾਨ ਦੂਜੀ ਵਾਰ ਦਿੱਲੀ ਘੇਰਨ ਦੀ ਤਿਆਰੀ ਦੇ ਵਿੱਚ ਨੇ ਤੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਸਮੇਤ ਕਈ ਸਟੇਟਾਂ ਤੋਂ ਅੰਦਰ ਜਾ ਸਕਦੇ ਨੇ ਦਿੱਲੀ ਚਲੋ ਦਾ ਨਾਰਾ ਦਿੱਤਾ ਜਾ ਰਿਹਾ ਹੈ ਤਾ ਦੂਜੇ ਪਾਸੇ ਧਾਰਾ 144 ਲਾਈ ਗਈ ਹੈ ਕਈ ਕਈ ਲੇਅਰ ਦੀ ਜਿਹੜੀ ਆ ਉਹ ਸਿਕਿਉਰਿਟੀ ਕੀਤੀ ਗਈ ਹੈ ਜਿੰਨੀਆਂ ਵੀ ਸਰਹੱਦਾਂ ਨੇ ਦਿੱਲੀ ਨੂੰ ਲੱਗਦੀਆਂ ਉਸ ਤੇ ਕੰਡੇ ਵਾਲੀਆਂ ਤਾਰਾਂ ਲਾਜਾਂ ਗਈਆਂ ਨੇ ਸੀਮੈਂਟ ਦੇ ਬੈਰੀਕੇਡ ਲਾਏ ਗਏ ਨੇ ਸੜਕਾਂ ਦੇ ਉੱਤੇ ਤਿੱਖੇ ਸਰੀਏ ਗੱਡ ਦੇ ਉੱਤੇ ਗਏ ਨੇ ਤਾਂ ਜੋ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਅੱਗੇ ਨਾ ਵੱਧ ਸਕਣ ਤੇ ਇੱਕ ਵਾਰ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਵੀ ਛੱਡ ਕੇ ਦੇਖੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਰੋਕਿਆ ਜਾ ਸਕੇ ਇਹਦਾ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਟੀਆਰ ਗੈਸ ਦੇ ਗੋਲੇ ਛੱਡੇ ਜਾਣਗੇ ਕਿਵੇਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇਗਾ ਤੋਂ ਰੋਕਣ ਲਈ ਇਸ ਵਾਰ ਵੱਡੇ ਪੱਧਰ ਤੇ ਤਿਆਰੀ ਕੀਤੀ ਗਈ ਹੈ ਚਾਹੇ ਹਰਿਆਣਾ ਪੁਲਿਸ ਦੀ ਗੱਲ ਕਰੀਏ ਤਾਂ ਇਸ ਵਾਰ ਪਹਿਲੀ ਵਾਰ ਹੋਵੇਗਾ ਕਿ ਡਰੋਨ ਰਾਹੀਂ ਵੀ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਜਾਣਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਡਰੋਨ ਰਾਹੀਂ ਕਿਵੇਂ ਅਥਰੂ ਗੈਸ ਦੇ ਗੋਲੇ ਛੁੱਟ ਕੇ ਪ੍ਰੈਕਟਿਸ ਕੀਤੀ ਜਾ ਰਹੀ ਹੈ ਟੀਆਰ ਗੈਸ ਛੱਡੀ ਜਾ ਰਹੀ ਹੈ ਤਾ ਪਹਿਲਾ ਬੈਰੀਕੇਡਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਕਈ ਕਈ ਲੇਅਰਸ ਦੀ ਬੈਰੀਕੇਡਿੰਗ ਕੀਤੀ ਗਈ ਹੈ ਪਰ ਹੁਣ ਦੇਖੋ ਕਿ ਜਿੱਥੇ ਵੀ ਕਿਤੇ ਇਕੱਠ ਹੋਵੇਗਾ ਉੱਥੇ ਹੀ ਡਰੋਨ ਦੇ ਰਾਹੀਂ ਟੀਅਰ ਗੈਸ ਛੱਡੀ ਜਾਵੇਗੀ ਆਸਮਾਨ ਦੇ ਵਿੱਚੋਂ ਡਰੋਨ ਦੇ ਰਾਹੀਂ ਟੀਅਰ ਗੈਸ ਦੇ ਗੋਲੇ ਛੱਡੇ ਜਾਣਗੇ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਤਸਵੀਰਾਂ ਜਿਹੜੀਆਂ ਨੇ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਪਹਿਲੀ ਵਾਰ ਹੈ ਜਦੋਂ ਡਰੋਨ ਦੀ ਵੀ ਵਰਤੋਂ ਕੀਤੀ ਜਾਵੇਗੀ ਕਿਸਾਨਾਂ ਨੂੰ ਰੋਕਣ ਦੇ ਲਈ ਆ ਵੱਡੇ ਪੱਧਰ ਤੇ ਰੋਕਾਂ ਲਾਈਆਂ ਗਈਆਂ ਨੇ ਚਾਹੇ ਉਹ ਕੰਡਿਆਲੀ ਤਾਰ ਦੀ ਗੱਲ ਹੋਵੇ ਜਾਂ ਵੱਡੇ ਵੱਡੇ ਪੱਥਰਾਂ ਦੀ ਟਿੱਪਰ ਖੜੇ ਕਰਨ ਦੀ ਕੰਟੇਨਰ ਖੜੇ ਕਰਨ ਦੀ ਮਿੱਟੀ ਦੇ ਪਹਾੜ ਬਣਾਉਣ ਦੀ ਧਾਰਾ 144 ਲਾਉਣ ਦੀ ਪੁਲਿਸ ਪ੍ਰਸ਼ਾਸਨ ਖੁਦ ਆਪ ਤਿਆਰਬਰ ਤਿਆਰ ਰਹੇਗਾ ওয়াਟਰ ਕੈਨਨ ਲੈ ਕੇ ਪਰ ਡਰੋਨ ਰਾਹੀਂ ਵੀ ਕਿਸਾਨਾਂ ਨੂੰ ਰੋਕਿਆ ਜਾਵੇਗਾ ਜਿੱਥੇ ਵੀ ਕਿਤੇ ਇਕੱਠ ਹੋਵੇਗਾ ਕਿਸਾਨਾਂ ਦਾ ਤਾਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਅਤੇ ਕਿਉਂਕਿ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਟੀਅਰ ਗੈਸ ਛੱਡੀ ਜਾਂਦੀ ਹੈ ਤਾਂ ਅੱਖਾਂ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਭੀੜ ਨੂੰ ਖੰਡਾਉਣ ਦੇ ਲਈ ਖਾਸ ਕਰ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਹਰਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਵਕ ਵਕ ਥਾਵਾਂ ਤੇ ਇਸ ਢੰਗ ਦੀ ਮੌਕ ਡ੍ਰਿਲ ਵੀ ਕੀਤੀ ਗਈ ਹੈ ਦੱਸ ਦिए ਕਿ ਕਿਸਾਨ ਦੂਜੀ ਵਾਰ ਦਿੱਲੀ ਘੇਰਨ ਦੀ ਤਿਆਰੀ ਦੇ ਵਿੱਚ ਨੇ ਤੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਸਮੇਤ ਕਈ ਸਟੇਟਾਂ ਤੋਂ ਅੰਦਰ ਜਾ ਸਕਦੇ ਨੇ ਦਿੱਲੀ ਚਲੋ ਦਾ ਨਾਰਾ ਦਿੱਤਾ ਜਾ ਰਿਹਾ ਏ ਤਾਂ ਦੂਜੇ ਪਾਸੇ ਧਾਰਾ 144 ਲਾਈ ਗਈ ਹੈ ਕਈ ਕਈ ਲੈਅਰ ਦੀ ਜਿਹੜੀ ਆ ਉਹ ਸਿਕਿਉਰਿਟੀ ਕੀਤੀ ਗਈ ਹੈ ਜਿੰਨੀਆਂ ਵੀ ਸਰਹੱਦਾਂ ਨੇ ਦਿੱਲੀ ਨੂੰ ਲੱਗਦੀਆਂ ਉਸ ਤੇ ਕੰਡਿਆਲੀਆਂ ਤਾਰਾਂ ਲਾਜਾਂ ਗਈਆਂ ਨੇ ਸੀਮੈਂਟ ਦੇ ਬੈਰੀਕੇਡ ਲਾਏ ਗਏ ਨੇ ਸੜਕਾਂ ਦੇ ਉੱਤੇ ਤਿੱਖੇ ਸਰੀਏ ਗੱਡ ਦੇ ਉੱਤੇ ਗਏ ਨੇ ਤਾਂ ਜੋ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਅੱਗੇ ਨਾ ਵੱਧ ਸਕਣ ਤੇ ਇੱਕ ਵਾਰ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਵੀ ਛੱਡ ਕੇ ਦੇਖੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਰੋਕਿਆ ਜਾ ਸਕੇ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਟੀਅਰ ਗੈਸ ਦੇ ਗੋਲੇ ਛੱਡੇ ਜਾਣਗੇ ਕਿਵੇਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਵੇਗਾ